ਸਤਿ ਸ਼੍ਰੀ ਅਕਾਲ ਜੀ ਚੈਨਲ ਤੜਕਾ ਤੁੜਕਾ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਆਏ ਹੋਏ ਹਾਂ ਜੀ ਖੇਤ ਆਪਾਂ ਤੋੜਨ ਆਏ ਹੋਏ ਹਾਂ ਮੂੰਗਰੇ ਆਪਾਂ ਤੁਹਾਨੂੰ ਦਿਖਾਉਨੇ ਆ ਮੂੰਗਰੇ ਲੱਗਦੇ ਨੇ ਜੀ ਮੂਲੀਆਂ ਨੂੰ ਜਦੋਂ ਮੂਲੀਆਂ ਵੱਡੀਆਂ ਹੋ ਜਾਂਦੀਆਂ ਨੇ ਫਿਰ ਉਹ ਨਿਸਰ ਜਾਂਦੀਆਂ ਨੇ ਫਿਰ ਉਹਨਾਂ ਦੇ ਉੱਤੇ ਆ ਜਾਂਦੇ ਨੇ ਫੁੱਲ ਫਿਰ ਉਸ ਤੋਂ ਬਾਅਦ ਜਿਹੜੇ ਮੂੰਗਰੇ ਬਣ ਜਾਂਦੇ ਨੇ ਇਹ ਮੂਲੀਆਂ ਦਾ ਬੂਟਾ ਜੀ ਪਿਛਲੇ ਦਿਨੀ ਕਾਫੀ ਜ਼ਿਆਦਾ ਹਵਾ ਤੇ ਚੱਲ ਰਹੀ ਸੀ ਸੋ ਇਹ ਜਿਹੜੇ ਮੂੰਗਰੇ ਨੇ ਆਪਣੇ ਡਿੱਗ ਪਏ ਨੇ ਇਹ ਲੱਗੇ ਹੋਏ ਨੇ ਜੀ ਮੂੰਗਰੇ ਮੂੜੀਆਂ ਨੂੰ ਬਹੁਤ ਜ਼ਿਆਦਾ ਮੂੰਗਰੇ ਲੱਗੇ ਹੋਏ ਨੇ ਸੋ ਮੈਂ ਤੇ ਸਰਦਾਰ ਜੀ ਤੋੜਨ ਆਇਆ ਇਹ ਬਹੁਤ ਜ਼ਿਆਦਾ ਸਵਰਦੀ ਖੇਤੀ ਆ ਬਹੁਤ ਜ਼ਿਆਦਾ ਸਵਰ ਤੋਂ ਬਾਅਦ ਹੀ ਪੱਕ ਕੇ ਤਿਆਰ ਹੁੰਦੀ ਆ ਜਿੰਨਾ ਕਿਸਾਨ ਦੇ ਵਿੱਚ ਸਵਰ ਹੁੰਦਾ ਮੇਰਾ خیال ਕਿਸੇ ਹੋਰ ਦੇ ਵਿੱਚ ਨਹੀਂ ਹੁੰਦਾ ਪਤਾ ਨਹੀਂ ਕਿੰਨੀਆਂ ਕਬਾਂ ਨੇਰੀਆਂ ਮੀਂਹ ਆ ਜਾਂਦੇ ਨੇ ਜੋ ਕਿਸਾਨ ਆਪਣੇ ਪਿੰਡੇ ਤੇ ਹੰਡਾਉਂਦੇ ਨੇ ਤੇ ਆਪਾਂ ਸਾਰੇ মুਗਰਿਆਂ ਨੂੰ ਤੋੜ ਲਾਂਗੇ ਤੇ ਨਾਲ ਸਰਦਾਰ ਜੀ ਮੇਰੀ ਮਦਦ ਕਰਨਗੇ ਕੁਝ ਉਹ ਤੋੜ ਦੇਣਗੇ ਤੇ ਕੁਝ ਮੈਂ ਤੋੜ ਲੂੰਗੀ ਕਿਉਂਕਿ ਕਹਿੰਦੇ ਆ ਖਾਣਾ ਸੌਖਾ ਕਰਨਾ ਬਹੁਤ ਔਖਾ ਇਹ ਬਹੁਤ ਜ਼ਿਆਦਾ ਬਰੀਕ ਹੁੰਦੇ ਨੇ ਕਾਫੀ ਟਾਈਮ ਚ ਟੁੱਟਦੇ ਨੇ ਜਦੋਂ ਆਪਾਂ ਬਾਜ਼ਾਰ ਤੋਂ ਸਬਜ਼ੀ ਖਰੀਦਦੇ ਆ ਤਾਂ ਆਪਾਂ ਸੋਚਦੇ ਆ ਵੀ ਬਹੁਤ ਜ਼ਿਆਦਾ ਮਹਿੰਗੀ ਆ ਪਰ ਇਹਦੇ ਤੇ ਪਿਛਲੀ ਆ ਜਿਹੜੀ ਮਿਹਨਤ ਆ ਬਹੁਤ ਜ਼ਿਆਦਾ ਹੁੰਦੀ ਆ ਬਹੁਤ ਮਿਹਨਤ ਤੋਂ ਬਾਅਦ ਹੀ ਜਿਹੜੀ ਫਸਲ ਆ ਪੱਕ ਕੇ ਤਿਆਰ ਹੁੰਦੀ ਆ ਇਸੇ ਤਰੀਕੇ ਦੇ ਨਾਲ ਆਪਾਂ ਸਾਰੇ মুਗਰਿਆ ਜਿਹੜੇ ਤੋੜ ਕੇ ਲੈ ਜਾਾਂਗੇ ਜੇ ਤੁਹਾਨੂੰ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਆ ਕਰੋ। ਮੂੰਗਰਿਆਂ ਦੀ ਸਬਜ਼ੀ ਆਪਾਂ ਬਣਾਵਾਂਗੇ ਜੀ ਬਿਲਕੁਲ ਅਲੱਗ ਤਰੀਕੇ ਦੇ ਨਾਲ, ਦੇਸੀ ਤਰੀਕੇ ਨਾਲ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ। ਮੂੰਗਰੇ ਆਪਾਂ ਖੇਤੋਂ ਲਿਆਏ ਸੀ ਜੀ ਇਹਨਾਂ ਨੂੰ ਆਪਾਂ ਡੰਗ ਲਿਆ। ਬਾਕੀ ਸਾਰੇ ਮੈਂ ਡੰਗ ਲਏ ਜੀ। ਕੁਝ ਕੁ ਮੈਂ ਰੱਖੇ ਸੀ ਤੁਹਾਨੂੰ ਦਿਖਾਉਣ ਵਾਸਤੇ ਇਸ ਤਰੀਕੇ ਦੇ ਨਾਲ ਇਹਨਾਂ ਦਾ ਜਿਹੜਾ ਤਿੱਖੇ ਵਾਲਾ ਪਾਸਾ ਅਗਲਾ ਉਹਨੂੰ ਡੰਗ ਦੇਣਾ ਤੇ ਪਿੱਛੋਂ ਜਿਹੜੀਆਂ ਡੰਡੀਆਂ ਨੇ ਉਹ ਵੀ ਡੰਗ ਦੇਣੀਆਂ ਨੇ। ਇੱਧਰ ਆਪਾਂ ਗੈਸ ਤੇ ਬਾਲ ਲਈ ਜੀ ਕੜਾਹੀ ਅੱਜ ਆਪਾਂ ਗੈਸ ਤੇ ਸਬਜ਼ੀ ਬਣਾਵਾਂਗੇ ਕਿਉਂਕਿ ਬਾਹਰ ਕਾਫੀ ਜ਼ਿਆਦਾ ਤੇਜ਼ ਆ ਜਿਹੜੀ ਹਵਾ ਚੱਲ ਰਹੀ ਆ ਤੇ ਇਹਦੇ ਚ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਸਰੋਂ ਦਾ ਤੇਲ ਇਹ ਆਪਣਾ ਘਰ ਦਾ ਕਢਾਇਆ ਹੋਇਆ ਸਰੋਂ ਦਾ ਤੇਲ ਆ ਜਦੋਂ ਤੱਕ ਆਪਣਾ ਤੇਲ ਗਰਮ ਹੁੰਦਾ ਇਧਰ ਆਪਾਂ ਮੂੰਗਰਿਆਂ ਨੂੰ ਕੁੱਟ ਲਾਂਗੇ ਥੋੜਾ ਜਿਹਾ ਕੁੰਡੇ ਦੇ ਵਿੱਚ ਜ਼ਿਆਦਾ ਨਹੀਂ ਕੁੱਟਣਾ ਆਪਾਂ ਇਹਨਾਂ ਨੂੰ ਬਸ ਥੋੜਾ ਥੋੜਾ ਜਿਹਾ ਕੁੱਟਣਾ ਹਲਕਾ ਜਿਹਾ ਜਿਹੜਾ ਇਹਨਾਂ ਦਾ ਪਾਣੀ ਨਿਕਲਣਾ ਚਾਹੀਦਾ ਬਿਲਕੁਲ ਪੰਨਣਾ ਨਹੀਂ ਇਹਨਾਂ ਨੂੰ ਜੇ ਤੁਹਾਡੇ ਕੋਲੇ ਕੁੰਡਾ ਨਹੀਂ ਹੈਗਾ ਤਾਂ ਤੁਸੀਂ ਕਿਸੇ ਕੱਪੜੇ ਦੇ ਉੱਤੇ ਪਾ ਕੇ ਬੇਲਣੇ ਨਾਲ ਪੰਨ ਸਕਦੇ ਹੋ ਕਿਸੇ ਪੋਲੀਥੀਨ ਦੇ ਉੱਤੇ ਪਾ ਕੇ ਜਿੱਦਾਂ ਆਪਾਂ ਰੋਟੀ ਵੇਲਦੇ ਆ ਇਸ ਤਰੀਕੇ ਨਾਲ ਤੁਸੀਂ ਬੇਲਣੇ ਨਾਲ ਇਹਨਾਂ ਨੂੰ ਪੰਨ ਸਕਦੇ ਹੋ ਪਰ ਮਿਕਸੀ ਦੇ ਵਿੱਚ ਨਾ ਕੁੱਟਿਓ ਤੇਲ ਆਪਣਾ ਗਰਮ ਹੋ ਗਿਆ ਤੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਜੀਰਾ ਇੱਕ ਚਮਚ ਤੇ ਨਾਲ ਹੀ ਬਰੀਕ ਕੱਟਿਆ ਹੋਇਆ ਅਦਰਕ ਤੇ ਲਸਣ ਇਹਨੂੰ ਵੀ ਆਪਾਂ ਪੁੰਨ ਲਾਂਗੇ ਜਦੋਂ ਤੱਕ ਇਹ ਹਲਕਾ ਜਿਹਾ ਜਿਹੜਾ ਪੂਰਾ ਨਹੀਂ ਹੋ ਜਾਂਦਾ ਬਰਾਊਨ ਨਹੀਂ ਹੋ ਜਾਂਦਾ ਤੇ ਜਦੋਂ ਆਪਣਾ ਲਸਣ ਤੇ ਅਦਰਕ ਪੁੱਜ ਗਿਆ ਜੀ ਨਾਲ ਹੀ ਆਪਾਂ ਪਾਵਾਂਗੇ ਮੂੰਗਰੇ ਪਿਆਜ਼ ਨਹੀਂ ਪਾਉਣਾ ਇੱਥੇ ਆਪਾਂ ਪਹਿਲਾਂ ਆਪਾਂ ਮੂੰਗਰੇ ਪਾਵਾਂਗੇ ਜਦੋਂ ਤੱਕ ਮੂੰਗਰਿਆਂ ਦਾ ਜਿਹੜਾ ਪਾਣੀ ਆ ਉਹ ਸੜ ਨਹੀਂ ਜਾਂਦਾ ਉਦੋਂ ਤੱਕ ਆਪਾਂ ਮੂੰਗਰਿਆਂ ਨੂੰ ਭੁੰਨ ਲਾਂਗੇ 2 ਕਮਿੰਟ ਲੱਗਦੇ ਨੇ ਕਿਉਂਕਿ ਜਦੋਂ ਆਪਾਂ ਇਸ ਤਰੀਕੇ ਨਾਲ ਬਣਾਉਂਦੇ ਆ ਤਾਂ ਫਿਰ ਜਿਹੜੀ ਮੂੰਗਰਿਆਂ ਦੀ ਸਬਜ਼ੀ ਆ ਬਹੁਤ ਜ਼ਿਆਦਾ ਸਵਾਦ ਬਣਦੀ ਆ ਤੁਸੀਂ ਪਿਆਜ਼ ਦੀ ਜਗ੍ਹਾ ਤੇ ਆਲੂ ਵੀ ਪਾ ਸਕਦੇ ਹੋ ਜੇ ਤੁਸੀਂ ਆਲੂ ਪਾਉਂਗੇ ਫਿਰ ਜਿਹੜਾ ਪਿਆਜ਼ ਆ ਤੁਸੀਂ ਮੂੰਗਰਿਆਂ ਤੋਂ ਪਹਿਲਾਂ ਪਾਉਣਾ ਆਪਾਂ ਬਣਾਵਾਂਗੇ ਜੀ ਪਿਆਜ਼ ਦੇ ਨਾਲ ਪਿਆਜ਼ ਦੇ ਨਾਲ ਜਿਹੜਾ ਮੂੰਗਰੇ ਦੀ ਸਬਜ਼ੀ ਆ ਜਿਆਦਾ ਸਵਾਦ ਬਣਦੀ ਆ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਇੱਕ ਮਿੰਟ ਮੂੰਗਰਿਆਂ ਨੂੰ ਭੁੰਨਿਆ ਸੀ ਆਪਾਂ ਇਹਨੂੰ ਆਪਾਂ ਸਬਜ਼ੀ ਨੂੰ ਫੁੱਲ ਅੱਗ ਤੇ ਬਣਾਉਣਾ ਤੁਸੀਂ ਗੈਸ ਨੂੰ ਫੁੱਲ ਰੱਖਣਾ ਇਹਨੂੰ ਵੀ ਆਪਾਂ ਭੁੰਨ ਲਾਂਗੇ ਜਿਆਦਾ ਆਪਾਂ ਇਹਨਾਂ ਨੂੰ ਨਹੀਂ ਭੁੰਨਣਾ ਦੋਨਾਂ ਚੀਜ਼ਾਂ ਨੂੰ ਹਲਕਾ ਹਲਕਾ ਜਿਹਾ ਭੁੰਨ ਗਏ ਆਪਾਂ ਲੂਣ ਮਿਰਚ ਪਾਤਾ ਜੀ ਲੂਣ ਪਾਤਾ ਇੱਕ ਚਮਚ ਆਪਾਂ ਇੱਕ ਚਮਚ ਪਾਤਾ ਹਲਦੀ ਦਾ ਤੇ ਇੱਧਾ ਕ ਚਮਚ ਪਾਇਆ ਆਪਾਂ ਮਿਰਚਾਂ ਦਾ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਸਕਦੇ ਹੋ ਉੱਧਾ ਕ ਚਮਚ ਪਾਇਆ ਮੈਂ ਗਰਮ ਮਸਾਲੇ ਦਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਰਲ ਲਾਂਗੇ 5 ਕ ਮਿੰਟਾਂ ਦੇ ਵਿੱਚ ਹੀ ਜਿਹੜੀ ਆਪਣੀ ਸਬਜ਼ੀ ਆ ਬਣ ਕੇ ਤਿਆਰ ਹੋ ਜਾਂਦੀ ਆ ਤੇ ਇਹਨੂੰ ਆਪਾਂ ਟੱਕ ਦਾਂਗੇ ਗੈਸ ਆਪਾਂ ਜਿਹੜਾ ਘੱਟ ਕਰਤਾ ਇੱਥੇ ਬਿਲਕੁਲ ਸਲੋ ਗੈਸ ਤੇ ਬਣਾਵਾਂਗੇ ਜੇ ਤੁਸੀਂ ਚੁੱਲੇ ਤੇ ਬਣਾ ਰਹੇ ਹੋ ਤਾਂ ਅੱਗਾ ਜਿਹੜੀ ਲੂਣ ਮਿਰਚ ਪਾਉਣ ਤੋਂ ਬਾਅਦ ਬਹੁਤ ਜ਼ਿਆਦਾ ਘੱਟ ਰੱਖਣੀ ਆ ਬਿਲਕੁਲ ਵੀ ਤੇਜ਼ ਅੱਗ ਤੇ ਨਹੀਂ ਬਣਾਉਣਾ ਤੇ ਇਹਨੂੰ ਆਪਾਂ ਵਿੱਚੋਂ ਦੀ ਹਿਲਾਉਂਦੇ ਰਹਾਂਗੇ ਤੁਸੀਂ ਵੇਖ ਸਕਦੇ ਹੋ ਬਹੁਤ ਜ਼ਿਆਦਾ ਜਿਹੜਾ ਸਬਜ਼ੀ ਦਾ ਰੰਗ ਆ ਵਧੀਆ ਆਇਆ ਜਿੰਨੀ ਇਹ ਦੇਖਣ ਨੂੰ ਸੋਹਣੀ ਲੱਗਦੀ ਆ ਉੰਨੀ ਜ਼ਿਆਦਾ ਸਵਾਦ ਬਣਦੀ ਆ ਆਲੂਆਂ ਦੇ ਨਾਲ ਮੂੰਗਰਿਆਂ ਦਾ ਸਵਾਦ ਨਹੀਂ ਆਉਂਦਾ ਇੰਨਾ ਜ਼ਿਆਦਾ ਆਪਾਂ ਤੁਹਾਨੂੰ ਆਲੂ ਦੇ ਨਾਲ ਵੀ ਬਣਾ ਕੇ ਦੱਸਾਂਗੇ ਦੀ ਰੈਸਪੀ ਪਰ ਤੁਸੀਂ ਇੱਕ ਵਾਰੀ ਪਿਆਜ਼ ਪਾ ਕੇ ਜ਼ਰੂਰ ਬਣਾਇਓ ਇਸ ਤਰ੍ਹਾਂ ਕੁੱਟ ਕੇ ਬਣਾਉਣ ਨਾਲ ਜਿਹੜੇ ਮੂੰਗਰਿਆਂ ਬਿਲਕੁਲ ਵੀ ਕੌੜੇ ਨਹੀਂ ਬਣਦੇ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਗਈ ਜੀ ਹੁਣ ਆਪਾਂ ਇਹਨੂੰ ਕੱਢ ਲਾਂਗੇ ਇੱਕ ਕੜਾਹੀ ਦੇ ਵਿੱਚ ਛੋਟੀ ਜਿਹੀ ਕੜਾਹੀ ਆ ਇਹ ਮੇਰੇ ਕੋਲੇ ਲਓ ਜੀ ਬਣਾਓ ਖਾਓ ਤੇ ਜਾਇ ਕਰੋ ਆਪਣੀ ਫੈਮਿਲੀ ਦੇ ਨਾਲ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੀ ਆ ਕੋਈ ਬਹੁਤੇ ਮਸਾਲੇ ਨਹੀਂ ਪਾਉਣੇ ਆਪਾਂ ਤੁਸੀਂ ਵੇਖ ਸਕਦੇ ਹੋ ਬਹੁਤ ਵਧੀਆ ਜਿਹੜਾ ਸਬਜ਼ੀ ਦਾ ਰੰਗ ਆਇਆ ਆਪਣਾ ਤੇ ਕੱਲਾ ਕੱਲਾ ਮੂੰਗਰਾ ਤੇ ਪਿਆਜ਼ ਆਪਣਾ ਦਿਖ ਰਿਹਾ ਤੇਦਰਬ ਮੇਰੇ ਬੇਟੇ ਨੂੰ ਲੱਗੀ ਹੋਈ ਆ ਜੀ ਭੁੱਖ ਉਹਨੇ ਆਪਣੀ ਰੋਟੀ ਵੀ ਪਾ ਲਈ ਆ ਥਾਲੀ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਨੇ ਆ ਸੈਲਫ ਦੀ ਖੜਕੇ ਮੇਰੇ ਕੋਲੇ ਖਾ ਰਿਹਾ ਸੀ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਜੀ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ